ਇੱਕ ਖਲੋਣੇ ਵਾਲੇ ਮੋਟਰ ਨਾਲ ਵੀ ਤੁਸੀਂ ਇੱਕ ਜਨਰੇਟਰ ਬਣਾ ਸਕਦੇ ਹੋ। ਇਸ ਲਈ ਲੋੜ ਹੈ ਇੱਕ 12 ਵੋਲਟ ਦੇ ਖਲੋਣੇ ਵਾਲੀ ਮੋਟਰ, ਇੱਕ LED ਤੇ ਇੱਕ ਕਿਰਨੀ ਦੀ। ਦੋ ਝਾੜੂ ਦੀਆਂ ਸੀਖਾਂ ਨੂੰ ਕੱਸ ਕੇ ਡੋਰ ਨਾਲ ਬੰਨੋ। ਇਸ ਨਾਲ ਇਹ ਮਜ਼ਬੂਤ ਬਣਨਗੀਆਂ। ਡੋਰ ਦਾ ਸਿਰਾ ਫੜ ਕੇ ਇਸ ਨੂੰ ਸੀਖ ਦੇ ਦੂਸਰੇ ਸਿਰੇ ਨਾਲ ਬੰਨੋ। ਇਹ ਇੱਕ ਕਮਾਨ ਵਰਗਾ ਬਣ ਜਾਏਗਾ। ਇਸ ਤੋਂ ਬਾਅਦ 12 ਵੋਲਟ ਦੇ ਖਿਲੌਣੇ ਵਾਲੀ ਮੋਟਰ ਲੈ ਕੇ ਉਸ ਵਿੱਚ LED ਫਿੱਟ ਕਰੋ। ਫਿਰ ਇੱਕ ਪਲਾਸਟਿਕ ਦੀ ਘਿਰਨੀ ਲੈ ਕੇ ਉਸ ਦੀ ਸ਼ਾਫਟ 'ਤੇ ਲਗਾਓ। ਤੁਸੀਂ ਘਿਰਨੀ ਨੂੰ ਫੜ ਕੇ ਘੁਮਾਓ ਤਾਂ LED ਜ਼ੋਰਦਾਰ ਚਮਕੇਗਾ। ਹੁਣ ਕਮਾਨ ਦੇ ਧਾਗੇ 'ਤੇ ਘਿਰਨੀ ਨੂੰ ਘੁਮਾਓ। ਜਦੋਂ ਤੁਸੀਂ ਕਮਾਨ ਨੂੰ ਅੱਗੇ ਪਿੱਛੇ ਕਰੋਗੇ ਤਾਂ ਘਿਰਨੀ ਜ਼ੋਰ ਦੀ ਘੁੰਮੇਗੀ ਅਤੇ LED ਦੀ ਤੇਜ਼ੀ ਨਾਲ ਚਮਕੇਗਾ। ਤੁਸੀਂ ਮੋਟਰ ਬਦਲ ਕੇ ਜਨਰੇਟਰ ਵੀ ਬਣਾ ਸਕਦੇ ਹੋ।